ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅਤੇ ਹੁਣ ਤੁਸੀਂ ਲਾਈਵ ਕਰੋ ਆਤਮਾ ਸਿੰਘ ਦਾ ਲਾਈਵ ਸ਼ੋ, ਮਿਲਦੇ ਹਾਂ ਵੀਡੀਓ ਦੇ ਲਾਸਟ ਵਿੱਚ। ਉਹ ਤਿੰਨ ਅੱਖਰਾਂ ਨਾਲ ਮੰਗਤਾ ਬਣਦਾ ਤੇ ਤਿੰਨ ਅੱਖਰਾਂ ਨਾਲ ਸ਼ਾਸ਼ਕ, ਉਹ ਤਿੰਨ ਅੱਖਰਾਂ ਨਾਲ ਬਣਿਆ ਆਤਮਾ। ਪਰ ਲੋਕੀ ਕਹਿੰਦੇ ਨਾਟਕ ਤਾਂ ਹੀ ਕਹਿੰਦੇ ਆ ਅੱਲਾਹੂ ਦਾ ਆਵਾਜ਼ ਆਵੇ। ਕੁੱਲੀ ਨੀ ਫਕੀਰ ਦੀ ਵਿੱਚੋਂ ਲੋਈ ਮੋਢੀ ਉੱਤੇ ਲਈ ਹੋਈ ਆ ਹੋਏ ਲੋਈ ਮੋਢੀ ਉੱਤੇ ਲਈ ਹੋਈ ਆ। ਉਹ ਮਸਾਂ ਮਸਾਂ ਰੱਬ ਮਿਲਿਆ, ਰੱਬ ਮਿਲਿਆ ਹੋਏ ਤੈਨੂੰ, ਭੱਜਣੇ ਦੀ ਪਈ ਹੋਈ ਆ ਹੋਏ ਤੈਨੂੰ, ਭੱਜਣੇ ਦੀ ਪਈ ਹੋਈ। ਲੋਈ ਮੋਢੀ ਉੱਤੇ ਲਈ ਹੋਈ ਆ ਹੋਏ ਲੋਈ, ਕੌਣ ਪੁੱਛਦਾ, ਕੌਣ ਪੁੱਛਦਾ ਹੋਏ ਮੁੱਲ ਪੈ ਜਾਂਦੇ ਲੀਰਾਂ ਦੇ, ਹੋਏ ਮੁੱਲ ਪੈ ਜਾਂਦੇ ਲੀਰਾਂ ਦੇ, ਹੋਏ ਮੁੱਲ ਪੈ ਜਾਂਦੇ ਲੀਰਾਂ ਦੇ। ਦਸਮ ਪਿਤਾ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨਾਂ ਨੇ ਮਲੇਰਕੋਟਲੇ ਦੇ ਨਵਾਬ ਨੂੰ ਇਹ ਵਰ ਦਿੱਤਾ ਸੀ ਕਿ ਰਹਿੰਦੀ ਦੁਨੀਆ ਤੱਕ ਮਲੇਰਕੋਟਲੇ ਦੀ ਰਿਆਸਤ ਆਬਾਦ ਰਹੂ। ਉਸ ਰਿਆਸਤ ਦਾ ਅੱਠਵਾਂ ਚਾਨਣ ਜਿਹੜਾ ਕਿ ਪਿਛਲੇ ਹਫ਼ਤੇ ਸਾਡੇ ਤੋਂ ਵਿਛੜ ਗਿਆ, ਮੇਰਾ ਸਾਹਿਬ ਮੇਰਾ ਮੁਰਸ਼ਦ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਨਵਾਬ ਦੇ ਸਤਿਕਾਰ ਦੇ ਲਈ ਮਲੇਰਕੋਟਲੇ ਦੇ ਨਵਾਬ ਦੇ ਜਿਹਨਾਂ ਨੇ ਹਾਹ ਦਾ ਨਾਰਾ ਮਾਰਿਆ ਸੀ ਉਹਨਾਂ ਦੇ ਲਈ ਬਾਹਾਂ ਖੜੀਆਂ ਕਰਕੇ ਸਮਰਥਨ ਕਰੀਏ। ਸਦਾ ਰਿਆਸਤ ਬਾਦ ਰਹੂ, ਸਦਾ ਰਿਆਸਤ ਬਾਦ ਰਹੂ ਜੀ, ਸਦਾ ਰਿਆਸਤ ਬਾਦ ਰਹੂ। ਮਲੇਰਕੋਟਲੇ ਨਵਾਬ ਦਾ ਹਾ ਦਾ ਨਾਰਾ ਮਾਰਿਆ ਯਾਦ ਰਹੂ ਜੀ, ਹਾ ਦਾ ਨਾਰਾ ਮਾਰਿਆ ਯਾਦ ਰਹੂ ਜੀ, ਹਾ ਦਾ ਨਾਰਾ ਮਾਰਿਆ ਯਾਦ ਰਹੂ। ਤੇਰੇ ਪਿੱਛੋਂ ਰੱਬ ਦਿਸਦਾ, ਸਾਨੂੰ ਤੇਰੇ ਪਿੱਛੋਂ ਰੱਬ ਦਿਸਦਾ, ਸਾਨੂੰ ਤੇਰੇ ਪਿੱਛੋਂ ਰੱਬ ਦਿਸਦਾ, ਸਾਨੂੰ ਤੇਰੇ ਪਿੱਛੋਂ ਰੱਬ ਦਿਸਦਾ ਓਏ, ਸਾਨੂੰ ਤੇਰੇ ਪਿੱਛੋਂ ਰੱਬ ਦਿਸਦਾ। ਉਹ ਦੁਨੀਆ ਜੋ ਮਰਜ਼ੀ ਕਹੇ ਹੋਏ ਮੁੰਡਾ, ਆਤਮਾ ਤਾਂ ਸੱਚ ਲਿਖਦਾ ਓਏ ਮੁੰਡਾ, ਆਤਮਾ ਤਾਂ ਸੱਚ ਲਿਖਦਾ ਓਏ ਮੁੰਡਾ, ਆਤਮਾ ਤਾਂ ਸੱਚ ਲਿਖਦਾ। ਰੱਬ ਦਿਸਦਾ ਦੁਨੀਆ
ਪੜੀਆਂ ਇਲਮ ਕਿਤਾਬਾਂ ਤੇ ਨਾ ਕਰੇ ਜਲ ਤਾਰੇ ਨਾ ਮੈਂ ਪਿੰਡੇ ਵਾਲੀ ਭਭੂਤੀ ਨਾ ਤਰਿਆ ਕੇ ਵਿੱਚ ਸਾੜੇ ਇਲਮ ਕਿਤਾਬਾਂ ਤੇ ਨਾ ਕਰੇ ਜਲ ਤਾਰੇ ਨਾ ਮੈਂ ਪਿੰਡੇ ਮਲੀ ਭੂਤੀ ਨਾ ਤਨ ਅੱਗ ਵਿੱਚ ਸਾੜੇ ਉਹ ਲੱਲੂ ਕਰੇ ਕਬੱਲੀਆਂ ਲੱਲੂ ਕਰੇ ਕਬੱਲੀਆਂ ਰੱਬ ਕਰ ਗਈ ਅਵਾਰੇ ਨਿਆਰੇ ਅੱਲਾ ਖੂਦਾ ਆਵਾਜ਼ਾਂ ਤਾੜੀਆਂ ਨਹੀਂ ਹੈਗੀਆਂ ਤੁਹਾਡੀਆਂ ਦਰਬਾਰ 'ਤੇ ਹਾਜ਼ਰੀਆਂ ਨੇ ਕਿਉਂਕਿ ਅੱਜ ਭੰਡਾਰਾ ਵੱਧਦਾ ਜਿਹਨੇ ਵੀ ਕੁਛ ਮੰਗਣਾ ਮੰਗ ਸਕਦਾ ਬਾਬਾ ਖੁਸ਼ ਹੈ ਉਹਨੂੰ ਖੁਸ਼ ਕਰਨ ਦੇ ਲਈ ਬੰਦੇ ਬੜਾ ਹੀ ਪੁੱਠੇ ਸੱਦੇ ਪਤਾ ਨਹੀਂ ਕਿਵੇਂ ਕਿਵੇਂ ਤੁਹਾਨੂੰ ਤਸੀਹੇ ਦਿੰਦੇ ਆ ਪਰ ਉਹਦੀ ਰਜਾ ਦਾ ਕੋਈ ਨਹੀਂ ਪਤਾ ਹੁੰਦਾ ਕਈ ਵਾਰ ਪਤਾ ਨਹੀਂ ਕਿਹੜੀ ਮੌਜ ਦੇ ਵਿੱਚ ਆ ਕੇ ਆਪਣੇ ਦਰਸ਼ਨ ਦੇ ਦੇਵੇ ਸੋ ਮੇਰੇ ਵੱਲੋਂ ਸਾਰੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਤੁਹਾਡੀ ਕਿਰਪਾ ਨਾਲ ਪ੍ਰੋਗਰਾਮ ਮੈਂ ਤਾਂ ਕਹੀ ਸ਼ਾਇਦ ਮੇਰਾ ਕੰਮ ਜਿਹਾ ਵੀ ਰਹਿਣ ਦਿੰਦੇ ਹਾਂ ਬਥੇਰਾ ਗਾ ਲਿਆ ਪਰ ਇਹ ਦਾਤੇ ਕਿੱਥੇ ਹਟਣ ਦਿੰਦੇ ਆ ਦਾਤਾਂ ਦੇ ਨਾਂ 'ਤੇ ਜ਼ੋਰ ਦਿੱਤਾ ਸਾਡੀ ਛੋਟੀ ਬੱਚੀ ਬਈ ਮੁਸਕਾਨ ਚੋਪੜਾ ਜੀ ਦੇਖੋ ਵੀ ਗੱਲ ਮੂੰਹ 'ਤੇ ਕਹਿਣੀ ਚੰਗੀ ਹੁੰਦੀ ਆ ਕਈ ਵਾਰ ਉਹ ਕਿਹੜੀ ਐਕਟਰ ਨਹੀਂ ਹੈ ਚੋਪੜਾ ਜਿਹੜੀ ਉੱਥੇ ਵਾਲੀ ਪ੍ਰਿੰਕਾ ਚੋਪੜਾ ਦਿਆ ਉਹ ਤੂੰ ਤਾਂ ਨਾਂ ਲੈ ਲਾ ਕੁੜੀ ਆ ਮੈਂ ਕਿਹੜਾ ਅਮਿਤਾਬ ਬੱਚਨ ਦਾ ਨਾਂ ਪੁੱਛਦਾ ਤੇ ਤੂੰ ਅੱਛਾ ਤੂੰ ਪਦਮਨੀ ਕੋਲੋਂ ਬੁਰੀ ਆ ਸਾਡੀ ਬੱਚੀ ਆ ਵੀ ਮੇਰੇ ਇਲਾਕੇ ਦੇ ਆ ਸਾਡੇ ਭਾਈ ਸਾਹਿਬ ਬਹੁਤ ਧੰਨਵਾਦ ਮੇਰੇ ਕਈ ਤਾਂ ਆਹੀ ਗੱਲਾਂ ਸੁਣ ਆਉਂਦੇ ਕੱਲ੍ਹ ਚਾਰ ਗੱਲਾਂ ਹੀ ਸੁਣੇ ਹੋਣੇ ਆ ਮੈਂ ਤਾਂ ਕੁੜੀ ਦੀ ਮਿਹਨਤ ਕੀਤੀ ਉਹਦੇ ਡੈਡੀ ਦੀ ਵੀ ਮਿਹਨਤ ਕੀਤੀ ਮੈਂ ਕਿਹਾ ਪੁੱਤ ਬਣ ਕੇ ਜਾਂ ਠਹਿਰ ਕੇ ਚੱਲਿਓ ਹਜੇ ਮਾੜਾ ਜਿਹਾ ਆਪਾਂ ਇਕੱਠਿਆਂ ਨੇ ਗੀਤ ਵੀ ਗਾਉਣਾ ਸਾਰੇ ਪਰਿਵਾਰ ਨੇ ਉਹਨੂੰ ਕਹਿੰਦੇ ਆ ਗਜਰੇਲਾ ਹੋਰ ਉਹ ਵੀ ਗਾਵਾਂਗੇ ਅੱਜ ਹੈ ਨਾ ਹਾਂ ਸੁਣਾਓ ਬਾਬਾ ਜੀ ਦਾ ਧੰਨਵਾਦ ਜਿਹੜੇ ਕਲਾਕਾਰਾਂ ਨੂੰ ਲਿਆ ਕੇ ਔਰ ਪ੍ਰਧਾਨ ਜੀ ਜਿੰਨੀ ਪ੍ਰਬੰਧਕ ਕਮੇਟੀ ਆ ਤੁਸੀਂ ਅਹੁਦੇਦਾਰ ਹੋ ਪਰਮਾਤਮਾ ਤੁਹਾਡੀਆਂ ਅਹੁਦੇਦਾਰੀਆਂ ਸਦਾ ਸਲਾਮਤ ਰੱਖੇ ਸੁਣਾਓ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗਿਆ ਮੈਨੂੰ ਪਹਿਲਾਂ ਵਾਲੀ ਆਦਤ ਪੈ ਗਈ ਮੈਂ ਪੁੱਛ ਕੇ ਗਾਵਾਂ ਮੈਂ ਕਦੇ ਬੰਦਾ ਗਿਆ ਕਦੇ ਬੰਦ ਕਰ ਦੇ ਸਰਗ ਇਧਰੋਂ ਲੈ ਲੈ ਹਾਂ ਕਾਲੀ ਆਉਂਦੀ ਇਧਰੋਂ ਹਾਂ ਕੋਈ ਨਾ ਤੂੰ ਵੀ ਇੱਧਰ ਆ ਜਾ ਓਏ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਪਰ ਫੁਕਰੇ ਬੰਦੇ ਨੀ ਬਹੁਤੇ ਸਿਰ ਚੜੀ ਦੇ ਯਾਰਾਂ ਨਾਲ ਹੁੰਦੀਆਂ ਚੜਾਈਆਂ ਮਿੱਤਰ ਰਹਿੰਦੀਆਂ ਨਾ ਸਦਾ ਬਾਦਸ਼ਾਹੀਆਂ ਮਿੱਤਰ
ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਤੁਹਾਡੇ ਲਈ ਨਵਾਂ ਲਾਈਵ ਸ਼ੋਅ ਲੈ ਕੇ। ਤਦ ਤੱਕ ਦੇ ਲਈ ਜੁੜੇ ਰਹੋ ਸਾਡੇ ਨਾਲ।